ਹਾਂ ਜੀ ਹਾਂ ਸਰ ਵਾਈਫਾਈ ਹੋਏ ਨੇ ਜੀ ਇੰਡੀਆ ਸਰ ਨਾਲੇ ਨੇ ਜੀ ਅੱਛਾ ਨਾ ਇੱਥੇ ਆਏ ਹੋਏ ਆ ਇੰਡੀਆ ਆਏ ਹੋਏ ਪੰਜਾਬ ਆਏ ਹੋ ਅੱਛਾ ਜੀ ਅੱਛਾ ਅੱਛਾ ਠੀਕ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਸਤਿ ਸ੍ਰੀ ਅਕਾਲ ਜੀ ਸੋ ਆਏ ਤੁਹਾਨੂੰ ਮਿਲਣ ਆਏ ਹੈ ਕਿ ਤੁਹਾਨੂੰ ਲੈਣ ਆਏ ਹੈ ਮਤਲਬ ਕੈਨੇਡਾ ਲੈ ਕੇ ਜਾਣਾ ਉਹਨਾਂ ਨੇ ਅਸੀਂ ਤਾਂ ਲੈ ਕੇ ਜਾਣਾ ਚਾਹੁੰਨੇ ਆ ਜੇ ਭੇਜ ਦੋ ਤੁਸੀਂ ਓ ਵਾਈ ਗਰੂ ਵਾਈ ਗਰੂ ਵਾਈ ਗਰੂ ਮੇਰੇ ਹੱਥੇ ਕੁਝ ਨਹੀਂ ਹੈ ਇਹ ਤੇ ਤੁਹਾਡੀ ਫਾਇਰ ਹੀ ਬੋਲਦੀ ਤੁਸੀਂ ਤੇ ਮੇਰੇ ਖਾਲ ਕਾਫੀ ਬਾਾਰ ਤਿੰਨ ਵਾਰ ਲਾਇਆ ਨਾ ਫਾਈਲ ਪਹਿਲਾ 2019 ਚ ਲੱਗੀ ਫਾਈਲ ਮੈਂ ਸਾਡੇ ਆਨ ਤੋਂ ਪਹਿਲਾਂ ਹੀ ਸ਼ਾਇਦ ਇੱਕ ਵਾਰ ਲੱਗੀ ਸੀ ਇਜ਼ ਇਟ ਰਾਈਟ ਤੁਸੀਂ ਜਦ ਆਏ ਸਾਡੇ ਕੋਲ ਉਸ ਵਕਤ ਇੱਕ ਵਾਰ ਰਿਫਿਊਜ਼ ਹੋਇਆ ਸੀ ਦੋ ਵਾਰ ਤੁਹਾਡੇ ਆਉਣ ਤੋਂ ਸਾਰੇ ਇੱਕ ਵਾਰ ਪਹਿਲਾਂ ਰਿਫਿਊਜ਼ ਹੋਇਆ ਸੀ ਅੱਛਾ ਅੱਛਾ ਉਹਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੇ ਕਿਹੜਾ ਰੀਜ਼ਨ ਲਾਇਆ ਸੀ ਕਿ ਵੀ ਰਿਲੇਸ਼ਨਸ਼ਿਪ ਜੈਨੂਇਨ ਨਹੀਂ ਹਾਂਜੀ ਹਾਂ ਸਰ ਰਿਲੇਸ਼ਨਸ਼ਿਪ ਜੈਨੂਨੀਆਂ ਤੇ ਇਸ ਦੂਬਾਰ ਸਰ ਜਦੋਂ ਆਪਾਂ ਕੈਪ ਨੋਟ ਆਵਾਜ਼ ਕੱਟ ਰਹੀ ਤੁਹਾਡੀ ਆਵਾਜ਼ ਆਵਾਜ਼ ਕੱਟ ਰਹੀ ਆਮ ਸੌਰੀ ਕੀ ਕਿਹਾ ਕੈਪ ਨੋਟ ਮਾ ਜੋ ਕੋਲ ਹੈ ਕੈਪ ਨੋਟ ਹਾਂ ਜੀ ਕੈਪ ਨੋਟ ਕਰਵਾਏ ਸੀ ਫਿਰ ਉਹਤੇ ਆਇਆ ਸੀਗਾ ਵੀ ਵਾਈਫ ਦੇ ਕਾਲਜ ਦਾ ਵਰਕ ਪਰਮਿਟ ਨਹੀਂ ਹੈਗਾ ਅੱਛਾ 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 ਜੀ ਉਹ ਮੇਰੇ ਖਿਆਲ ਕੇ ਸ਼ਾਇਦ ਕਾਲਜ ਮੌਂਟਰੀਅਲ ਦਾ ਸੌਰੀ ਕਿਊਬਰ ਦਾ ਕਾਲਜ ਜਿਸ ਦਾ ਪ੍ਰਾਈਵੇਟ ਹੈ ਅਥਾਰਾਈਜ਼ ਨਹੀਂ ਹੈ ਅਥਾਰਾਈਜ਼ ਇਸ ਤਰ੍ਹਾਂ ਦੀ ਕੋਈ ਲਗੀ ਸੀ ਕੋਈ ਹਾਂਜੀ ਹਾਂਜੀ ਸਰ ਹਾਂਜੀ ਤੇ ਉਹਨਾਂ ਨੂੰ ਫਿਰ ਅਸੀਂ ਕੀ ਅਸੀਂ ਕੀਤਾ ਕੀ ਫਿਰ ਅਸੀਂ ਉਹਨਾਂ ਨੂੰ ਮੈਸੇਜ ਪਾਇਆ ਕਿ ਵੀ ਠੀਕ ਹੈ ਅਥਾਰਾਈਜ਼ ਹਾਂਜੀ ਹਾਂ ਸਰ ਮੇਲ ਪਾਈ ਸੀ ਤੁਹਾਨੂੰ ਜੀ ਤੇ ਫਿਰ ਉਹਨਾਂ ਦਾ ਰਿਸਪੌਂਸ ਆ ਗਿਆ ਸੀ ਵੀ ਹੋਰ ਪਤਾ ਨਹੀਂ ਵੀ ਰਿਲੇਸ਼ਨ ਨਹੀਂ ਹੈ ਜੈਨੂੰ ਉਹਨਾਂ ਹੈਗਾ ਇਦਾਂ ਹੀ ਰਿਲੇਸ਼ਨ ਸੇ ਖੜ ਗਏ ਉਹ ਬਸ ਰਿਲੇਸ਼ਨ ਦੇ ਨੂੰ ਫੜ ਲਿਆ ਉਹਨਾਂ ਨੇ ਕਿ ਠੀਕ ਹੈ ਉਸ ਕਾਲਜ ਤੇ ਠੀਕ ਹੈ ਰਿਲੇਸ਼ਨਸ਼ਿਪ ਨੂੰ ਕਹਤਾ ਕਿ ਵੀ ਤੁਹਾਡੀ ਮੈਰਿਜ ਕਿਵੇਂ ਕਰਾਈਏ ਕਿਸ ਤਰ੍ਹਾਂ ਠੀਕ ਹੈ ਠੀਕ ਹੈ ਠੀਕ ਹੈ ਫਿਰ ਤੀਸਰੀ ਵਾਰ ਤੀਸਰੀ ਵਾਰ ਮੇਰੇ ਖਿਆਲ ਇੱਕ ਸ਼ਾਇਦ ਕੋਵਿਡ ਕਰਕੇ ਫਿਰ ਰਿਫਿਊਜ਼ ਕਰਤਾ ਉਹਨਾਂ ਜਦ ਕੋਵਿਡ ਵਿੱਚ ਸਾਰੇ ਰਿਫਿਊਜ਼ ਹੋ ਰਹੇ ਸੀ ਕਿ ਫੰਡਸ ਨਹੀਂ ਹੈ ਤੁਹਾਡੇ ਕੋਲ ਜਿਹੜੇ ਲਾਰਜ ਲਾਰਜ ਮਨੀ ਕਿੱਥੋਂ ਆ ਗਏ ਜੀ ਬਹੁਤ ਵੱਡੇ ਡੇ ਡਿਪੋਜ਼ਿਟ ਆ ਗਏ ਜੀ ਕਿੱਥੋਂ ਆ ਗਏ ਪੈਸੇ ਹਾਂਜੀ ਹਾਂਜੀ ਫਿਰ ਉਹ ਫਿਰ ਉਹਨਾਂ ਨੇ ਫੰਡ ਕਰਕੇ ਕਰਤਾ ਸੀ ਜੀ 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 ਇਹ ਹੁਣ ਚੌਥੀ ਐਪਲੀ ਚੌਥੀ ਚੱਲ ਰਹੀ ਹੈ ਦਾ ਟੈਂਪ ਇਜ਼ ਇਟ ਰਾਈਟ ਹਾਂਜੀ ਸਰ ਚੌਥੀ ਐਪਲੀਕੇਸ਼ਨ ਚੱਲ ਰਹੀ ਹੈ oh my god oh my god ਇਟ ਇਜ਼ ਅ 빅 ਇਟ ਇਜ਼ ਅ 빅 ਯੂ ਨੋ ਜਰਨੀ ਚੱਲ ਰਹੀ ਹੈ ਅ ਚਲੋ ਤੁਹਾਡੀ ਵਾਈਫ ਵੀ ਆਈ ਹੋਈ ਹੈ ਤੁਹਾਨੂੰ ਮੈਡੀਕਲ ਰਿਕੁਐਸਟ ਆ ਚੁੱਕੀ ਹੈ ਤੇ ਤੁਹਾਡਾ ਵੀਜ਼ਾ ਕਲੀਅਰ ਹੀ ਕਲੀਅਰ ਸਮਝੋ ਅੱਛਾ ਜਿਹਾ थैंक यू ਹਾਂ ਸ਼ੁਕਰ ਹੈ ਸਰ ਸਰ ਫੰ ਦਾ ਸੁੱਖ ਡਰ ਲੱਗ ਰਿਹਾ ਸੀ ਜੀ ਉਦੋਂ ਦਾ ਵੀ ਸਟੇਟਮੈਂਟ ਚ ਵੀ ਨੈਗੇਟਿਵ ਹੋ ਗਿਆ ਨਾ ਬੈਲੈਂਸ ਹੀ ਜੀ 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 ਹਾਂ ਜੀ ਹਾਂ ਸਰ ਉਹ ਆਨ ਕਰਕੇ ਆਏ ਸੀ ਨਾ ਵੀ ਇੰਡੀਆ ਆਨ ਕਰਕੇ ਸਰ ਖਰਚਾ ਹੋ ਗਿਆ ਸੀ ਪਰ ਪਰ ਤੁਸੀਂ ਉਹ ਫੰਡਸ ਆਪਣੇ ਮੇਨਟੇਨ ਕਰਨਾ ਹੈ ਫਿਰ ਵੀ ਇਸ ਤਰ੍ਹਾਂ ਨਹੀਂ ਹੈ ਕਿ ਫੰਡਸ ਮੇਨਟੇਨ ਨਹੀਂ ਕਰਨੀ ਨਹੀਂ ਨਹੀਂ ਸਰ ਕਰਾਂਗੇ ਜੀ ਜੀ ਹਾਂ ਨੂੰ ਤੁਸੀਂ ਸਰ ਹੁਣ ਕਰਾਂਗੇ ਜੀ ਜੀ ਮੇਨਟੇਨ ਕਰਨਾ ਹੈ ਤੇ ਹਾਂ ਜੀ ਥੈਂਕ ਯੂ ਸੋ ਮਚ ਤੁਹਾਡੇ ਦਾ ਕੀ ਹੋ ਗਿਆ ਯੂ ਨੈਵਰ ਨਹੀਂ 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 ਮੇਰੇ ਕੋਲ ਕੁਝ ਨਹੀਂ ਹੋ ਰਿਹਾ ਬਦਰ ਮੇਰੀ ਮੇਰਾ ਕੁਝ ਨਹੀਂ ਹੈ ਹਾਂ ਜੀ ਤੇ ਸੁਖਮਨ ਵੀਰਾ ਵੀ ਹਰ ਬਾਬਾ ਮਤਲਬ ਵੀ ਜੀ 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 ਸਿੰਪਲ ਕੇਸ ਤਾਂ ਕੱਢੀ ਹੋ ਜਾਂਦੇ ਨੇ ਯਾ ਓਕੇ ਕੇਸ ਤੁਸੀਂ ਕਰਦੇ ਹੋ ਜਿਵੇਂ ਨਹੀਂ ਨਹੀਂ ਚਲੋ ਸਭ ਇਹ ਸਾਰਾ ਸੰਜੋਗ ਹੈ ਕਿਸਮਤ ਦੇ ਖੇਡਣਾ ਸਾਰਾ ਦੇਖੋ ਮੈਡੀਕਲ ਰਿਕੁਐਸਟ ਉੱਥੇ ਫਰਵਰੀ 28 ਤਰੀਕ ਦੀ ਆ ਰਹੀ ਹੈ ਸ਼ਾਇਦ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਫਰ 28 ਤਰੀਕ ਬੱਸ ਯੈਸਟਰਡੇ ਕੱਲ ਇਸ਼ੂ ਹੋਇਆ ਮੈਡੀਕਲ ਅੱਛਾ ਸਰ ਸਕਰੀਨ ਤੇ ਨਜ਼ਰ ਨਹੀਂ ਆਦਾ ਸ਼ਾਇਦ ਨਹੀਂ ਸਰ ਆ ਨਹੀਂ ਰਿਹਾ ਜੀ ਚਲੋ ਕੋਈ ਗੱਲ ਨਹੀਂ ਮੇਰੇ ਖਿਆਲ ਕੋਈ ਨਾ ਕੋਈ ਟੈਕਨੋਲੋਜੀ ਦਾ ਕੁਝ ਹੋਗਾ ਮੈਂ ਇੱਕ ਵਾਰ ਦੁਬਾਰਾ ਟਰਾਈ ਕਰ ਲੈਣਾ ਕੋਈ ਕੋਈ ਚੱਕਰ ਨਹੀਂ ਮੈਡੀਕਲ ਰਿਕੁਐਸਟ ਹੈ ਤੁਹਾਨੂੰ ਮੈਂ ਹੁਣੇ ਹੀ ਸੈਂਡ ਕਰ ਦਿੰਦਾ ਤੇ ਉਹ ਤੁਸੀਂ ਆਪਣਾ ਮੈਡੀਕਲ ਕਰਾਓ ਐਂਡ ਗੈਟ ਗੈਟ ਗੋਇੰਗ ਓਨ ਦਿਸ ਜਿਹਨੀ ਸਤੀ ਮੈਡੀਕਲ ਕਰਾਓਗੇ ਉਨ ਤਾਂ ਫਿਰ ਆਪ ਅਪਡੇਟ ਕਰਾਂਗੇ ਆਇਆ ਸ਼ਾਇਦ ਨਹੀਂ ਆਇਆ ਠੀਕ ਹੈ ਸਰ ਆ ਰਿਹਾ ਨਹੀਂ ਆ ਰਿਹਾ ਸਕਰੀਨ ਹਾਂਜੀ ਹਾਂਜੀ ਸਰ ਹਾਂਜੀ 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 ਇਹ ਫਰਵਰੀ 28 ਹੈ ਹੁਣ ਆ ਗਿਆ ਸਰ ਮੈਡੀਕਲ ਐਗਜ਼ਾਮੀਨੇਸ਼ਨ ਹੈ ਅੱਛਾ ਜੀ ਸਰ ਜੀ ਫਰਵਰੀ 28 ਹੈ ਤੁਹਾਡਾ ਨਾਮ ਵੀ ਲਿਖਿਆ ਮੈਂ ਕਿਹਾ ਜਿਆਦਾ ਹਾਂਜੀ ਹਾਂ ਸਰ ਆਪਾਂ ਨੇ 20 ਆ ਦੇਖੋ ਥੱਲੇ ਲਿਖਿਆ ਰਮਨਦੀਪ ਸਿੰਘ ਤੂਰ ਹਾਂਜੀ ਹਾਂਜੀ ਸਰ ਇਹ ਇਹ ਤੁਸੀਂ ਹੋ ਤੂਰ ਰਮਨਦੀਪ ਸਿੰਘ ਆ ਜੀ ਹਾਂਜੀ ਹਾਂ ਸਰ ਬਸ ਠੀਕ ਐ ਸੋ ਮੈਡੀਕਲ ਆ ਗਿਆ ਤੇ ਉਹ ਉਹਨਾਂ ਨੂੰ ਮੈਂ ਭੇਜ ਦੇਣਾ ਸੁਖਮਨ ਨੂੰ ਤੇ ਆਪ ਤੁਸੀਂ ਆਪਣਾ ਆਪਣਾ ਤਿਆਰੀ ਖਿੱਚ ਲਓ ਬਸ ਉਹਨੂੰ ਮੈਡੀਕਲ ਕਰਾਓ ਤੇ ਆਈ ਥਿੰਕ ਐਸ ਸੂਨ ਐਸ ਯੂ ਸਬਮਿਟ ਯੂਰ ਮੈਡੀਕਲ ਰਿਕੁਐਸਟ ਵੀ ਆਰ ਹੋਪਿੰਗ ਵਿਦੀਨ 7 ਟੂ 10 ਡੇਸ ਤੁਹਾਨੂੰ ਪਾਸਪੋਰਟ ਰਿਕੁਐਸਟ ਆ ਜਾਣੀ ਚਾਹੀਦੀ ਹੈ ਠੀਕ ਅਸਾਂ ਠੀਕ ਹੈ ਜੀ ਤੇ ਪਰਵਜੋਤ ਦੇ ਨਾਲ ਹੀ ਤੁਸੀਂ ਜਾਓ ਮੇਰੇ ਖਿਆਲ ਉਹਨਾਂ ਤੇ ਨਾਲ ਹੀ ਉਹਨੂੰ ਇਕੱਲਾ ਨਾ ਭੇਜਣਾ ਉਹਨੂੰ ਹਾਂ ਜੀ ਅਸਰ ਇਹਦੀ ਵੀ ਸਰ ਹਜੇ ਟਿਕਟ ਇੱਕ ਮਨთ ਹੋਰ ਹਜੇ ਹੈਗੀ ਯੂਰੇ ਤਾਂ ਫਿਰ ਨਾਲੇ ਹੋ ਜੂਗਾ ਜੀ ਹੂੰ ਦੈਟਸ ਵੈਰੀ ਗੁੱਡ ਸੋ ਕੱਲ ਕੱਲ ਦਾ ਜਿਹੜਾ ਦਿਨ ਚੜਨਾ ਹੈ ਤੇ ਕੱਲ ਜਾ ਕੇ ਸਵੇਰੇ ਮੈਡੀਕਲ ਕਰਾਓ ਇਮੀਡੀਏਟਲੀ ਮਤਲਬ ਕਿ ਕੱਲ ਮੈਡੀਕਲ ਤੁਹਾਡਾ ਹੋਣਾ ਚਾਹੀਦਾ ਐਕਚੁਅਲੀ ਤੇ ਜਿਹੜੀ ਉਹ ਜਿਹੜੀ ਉਹ ਰਸੀਦ ਜਿਹੜੀ ਉਹ ਰਸੀਦ ਹੈ ਮੈਡੀਕਲ ਦੀ ਰਸੀਦ ਮੈਨੂੰ ਸੈਂਡ ਕਰਨਾ ਇਮੀਡੀਏਟਲੀ ਉਹਨੂੰ ਆਪਾਂ ਜੀ ਹਾਸਰ ਕਰਵਾਵਾਂਗੇ ਕਰਵਾਵਾਂਗੇ ਨੋਰਮਲੀ ਅਪਾਇੰਟਮੈਂਟ ਹਾਂਜੀ ਅਪਾਇੰਟਮੈਂਟ ਦਾ ਮਤਲਬ ਉਹ ਸੁਖਮਨ ਵੀਰੇ ਰਸਦੂਗਾ ਨਾ ਜੀ ਵੀ ਲੈ ਲਾਂਗੇ ਉਹਦੀ ਮੈਡੀਕਲ ਦੀ ਜੀ 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 ਉਹ ਤੇ ਉਹ ਤੇ ਉਹ ਤੇ ਸਾਡੇ ਕੰਟਰੋਲ ਚ ਨਹੀਂ ਹੈ ਉਹਦੇ ਬਰਦਰ ਜਿੰਨੇ ਵੀ ਡਾਕਟਰ ਹੈ ਤੁਹਾਡੇ ਨੇੜੇ-ਤੇੜੇ ਜਿਹੜੇ ਉਹ ਆਪਣੇ ਅਥੋਰਾਈਜ਼ਡ ਡਾਕਟਰ ਹੈ ਉਹਨਾਂ ਨੂੰ ਕਾਲ ਕਰੋ ਜਿੱਥੇ ਵੀ ਜਿੱਥੇ ਵੀ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ ਜਾ ਕੇ ਕਰ ਲਓ ਬਸ ਮਤਲਬ ਕਿ ਦਿਨ ਇੱਕ-ਇੱਕ ਇੱਕ-ਇੱਕ ਦਿਨ ਕੀਮਤੀ ਹੈ ਬਸ ਹਾਂਜੀ ਹਾਂ ਸਰ ਉਹ ਤਾਂ ਹੈ ਇੱਕ ਕਿਆ ਕਦੋਂ ਦੇ ਵੇਟ ਕਰ ਰਹੇ ਹਾਂ 2 ਸਾਲ ਪਹਿਲਾਂ ਕਰੋਨਾ ਨੇ ਲੰਗਾ ਤੇ ਜੀ 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 ਬਸ ਮੈਂ ਚਾਹਣਾ ਮੈਂ ਚਾਹਣਾ ਤੁਸੀਂ ਇਕੱਠੇ ਹੀ ਜਾਓ ਬਸ ਉਹਨਾਂ ਹਸਬੰਡ ਵਾਈਫ ਠੀਕ ਹੈ ਠੀਕ ਹੈ ਸਰ ਜੀ ਜੀ ਠੀਕ ਹੈ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ Enjoy the rest of the day thank you very much take care ਜੀ ਠੀਕ ਹੈ ਠੀਕ ਹੈ ਸਰ